ਪੰਜਾਬੀ ਸਿੰਗਰ ਅਤੇ ਐਕਟਰੈਸ ਨਿਸ਼ਾ ਬਾਨੋ ਨੇ ਦਿੱਤਾ ਵਾਇਰਲ ਹੋਈ ਵੀਡੀਓ ਦਾ ਖੁੱਲ੍ਹ ਕੇ ਜਵਾਬ। ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ। ਜੇਕਰ ਇਹ ਵਿਵਾਦ ਕਿਸੇ ਖਾਸ ਸੈਲੀਬ੍ਰਿਟੀ ਦੇ ਨਾਲ ਜੁੜਿਆ ਹੋਵੇ ਤਾਂ ਲੋਕ ਉਸ ਸੈਲੀਬ੍ਰਿਟੀ ਦਾ ਖੁੱਲ੍ਹ ਕੇ ਮਜ਼ਾਕ ਵੀ ਬਣਾਉਂਦੇ ਨੇ। ਹਾਲ ਹੀ ਦੇ ਵਿੱਚ ਨਿਸ਼ਾ ਬਾਨੋ ਇੱਕ ਲਾਈਵ ਸ਼ੋਅ ਲਗਾ ਰਹੀ ਸੀ ਅਤੇ ਉਸੇ ਲਾਈਵ ਸ਼ੋਅ ਦੇ ਵਿੱਚ ਹੀ ਇੱਕ ਬਾਊਂਸਰ ਆਪਣੀ ਵੀਡੀਓ ਬਣਾ ਰਿਹਾ ਸੀ। ਇਸ ਵੀਡੀਓ ਨੂੰ ਲੋਕਾਂ ਨੇ ਗਲਤ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਗਲਤ ਟਾਈਟਲ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਨਿਸ਼ਾ ਬਾਨੋ ਨੂੰ ਟੈਗ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਨਿਸ਼ਾ ਬਾਨੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਅਤੇ ਕੀ ਲਿਖਿਆ ਉਸ ਪੋਸਟ ਦੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ। ਉਹਨਾਂ ਨੇ ਲਿਖਿਆ ਕਿ ਜੋ ਲੋਕ ਮੈਨੂੰ ਇਹ ਵੀਡੀਓ ਟੈਗ ਕਰ ਰਹੇ ਨੇ, ਸੈਂਡ ਕਰ ਰਹੇ ਨੇ, ਮੈਂ ਉਹਨਾਂ ਨੂੰ ਪੁੱਛਣਾ ਵੀ ਭਰਾਵੋ ਇਸ ਵੀਡੀਓ 'ਚ ਕੀ ਗਲਤ ਆ। ਪਹਿਲਾਂ ਤਾਂ ਉਹ ਘਟੀਆ ਜਿਸਨੇ ਕੁਝ ਵਿਊਜ਼ ਲਈ ਇਹ ਵੀਡੀਓ ਵਾਇਰਲ ਕੀਤੀ, ਉੱਪਰੋਂ ਉਹ ਲੋਕ ਘਟੀਆ ਜੋ ਮੈਨੂੰ ਟੈਗ ਕਰ ਰਹੇ ਆ। ਮੇਰੀ ਗਲਤੀ ਇਹ ਆ ਕਿ ਮੈਂ ਹਰ ਬੰਦੇ ਨਾਲ ਪਿੱਕ ਕਰਾਉਂਦੀ ਹਾਂ, ਵੀਡੀਓ ਬਣਾ ਲੈਂਦੀ ਹਾਂ ਕਿ ਚਲੋ ਲੋਕ ਪਿਆਰ ਕਰਦੇ ਆ, ਬਟ ਇਸ ਤਰ੍ਹਾਂ ਟਾਈਟਲ ਦੇ ਕੇ ਵੀਡੀਓ ਪਿਕਸ ਵਾਇਰਲ ਕਰਨੀਆਂ ਤਾਂ ਹੱਥ ਬੰਨੇ। ਸੋ ਆਓ ਹੁਣ ਉਹ ਵੀਡੀਓ ਵੇਖ ਲੈਂਦੇ ਹਾਂ ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਛਿੜਿਆ ਹੈ। ਸੋ ਤੁਹਾਡਾ ਕੀ ਕਹਿਣਾ ਇਸ ਪੂਰੇ ਮਾਮਲੇ ਬਾਰੇ? ਇਸ ਦੇ ਵਿੱਚ ਕਿਸ ਦੀ ਗਲਤੀ ਹੋ ਸਕਦੀ ਹੈ, ਵੀਡੀਓ ਬਣਾਉਣ ਵਾਲੇ ਦੀ ਜਾਂ ਫਿਰ ਉਹਨੂੰ ਗਲਤ ਟਾਈਟਲ ਦੇ ਕੇ ਅਪਲੋਡ ਕਰਨ ਵਾਲੇ ਦੀ? ਸਾਨੂੰ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜਿਨ੍ਹਾਂ ਨੇ ਸਾਡਾ ਚੈਨਲ ਸਤਰੰਗ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਤਾਂ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ।